ਹੁਣ ਇਦਾਂ ਦੇ ਹਾਲਾਤ ਬਣ ਚੁੱਕੇ ਆ ਜੀ, ਜਿਹੜੇ ਪਲੱਸ ਟੂ ਕਰਕੇ ਬੱਚੇ ਆਉਂਦੇ ਨੇ, ਮੈਂ ਨਹੀਂ ਕਿਸੇ ਨੂੰ ਸੁਜੈਸਟ ਕਰੂੰਗਾ ਵੀ ਤੁਸੀਂ ਆਓ। ਦਾ ਰੀਜ਼ਨ ਇਹ ਆ ਜੀ, ਉਹ ਕਦੇ ਉਹ ਪੁਆਇੰਟ ਉਹਨੇ ਗੇਨ ਕਰ ਹੀ ਨਹੀਂ ਸਕਦੇ ਜਿਹਦੇ ਨਾਲ ਕਿ ਉਹ ਕੱਲ੍ਹ ਨੂੰ ਪੀ ਆਰ ਹੋ ਸਕਣ। ਹੁਣ 3 ਸਾਲ ਦੇ ਵਿੱਚ ਬੱਚਾ ਪੀ ਆਰ ਲੈ ਹੀ ਨਹੀਂ ਸਕਦਾ, ਉਹਦੇ ਕੋਲ ਇੱਕੋ ਆਪਸ਼ਨ ਬਚਦਾ ਹੈਗਾ ਵੀ ਉਹ ਰਿਫਿਊਜੀ ਕਲੇਮ ਕਰੇ। ਉਹਨਾਂ ਕੋਲ ਵਰਕ ਐਕਸਪੀਰੀਅੰਸ ਆ, ਮਸਲਾ ਇਹ ਆ ਕਿ ਕੋਵਿਡ ਤੋਂ ਬਾਅਦ ਆ ਜਿਹੜੇ ਡਰਾ ਨਹੀਂ ਆਏ ਹੈਗੇ ਲਗਾਤਾਰ ਐਕਸਪ੍ਰੈਸ ਐਂਟਰੀ ਦੇ, ਜਿਹਦੇ ਕਰਕੇ ਬਹੁਤ ਵੱਡਾ ਬੈਕਲੋਗ ਆ। ਤੇ ਦੂਜੀ ਹੈਗੀ ਆ ਗੱਲ ਕਿ ਜਿਹੜੇ PNP ਨੂੰ ਟਾਰਗੇਟ ਕਰਕੇ ਵੱਖ ਵੱਖ ਪ੍ਰੋਵਿੰਸਾਂ ਦੇ ਵਿੱਚ ਲੋਕ ਗਏ ਸੀਗੇ ਸਟੂਡੈਂਟ, ਉਹਨਾਂ ਨੇ ਐਕਸਪੀਰੀਅੰਸ ਪੂਰਾ ਕਰ ਲਿਆ ਤੇ ਜਦੋਂ ਸਾਲ ਪੂਰਾ ਹੋ ਗਿਆ ਤਾਂ ਉਦੋਂ ਉਹਨਾਂ ਨੇ ਕਹਿਤਾ ਕਿ ਸਾਨੂੰ ਆ ਬੰਦੇ ਰਹੀ ਜਾਂਦੇ, ਜਿਵੇਂ ਕਿ ਇੱਕ ਬੰਦੇ ਕੋਲ ਬੈਲਟਰ ਦਾ ਐਕਸਪੀਰੀਅੰਸ ਆ। ਜਦੋਂ ਉਹਨੇ ਸਟਾਰਟ ਕੀਤਾ ਸੀਗਾ ਉਦੋਂ ਪ੍ਰੋਗਰਾਮ ਚੱਲਦਾ ਸੀਗਾ, ਜਦੋਂ ਉਹਦਾ ਸਾਲ ਪੂਰਾ ਗਿਆ ਉਹਨਾਂ ਨੇ ਕਹਿੰਦਾ ਸਾਨੂੰ ਬੈਲਟਰ ਨਹੀਂ ਚਾਹੀਦੇ, ਜਦ ਕਿ ਇਹਨਾਂ ਨੂੰ ਸਾਲ ਪਹਿਲਾਂ ਦੱਸਣਾ ਚਾਹੀਦਾ ਸੀਗਾ। ਇਹਨਾਂ ਕੋਲ ਐਕਸਪੀਰੀਅੰਸ ਪੂਰੇ ਆ, ਪਰ ਸਰਕਾਰ ਨੇ ਜਿਹੜਾ ਗੇਮ ਦੇ ਰੂਲ ਆ ਉਹ ਗੇਮ ਦੇ ਐਂਡ ਤੇ ਆ ਕੇ ਚੇਂਜ ਕਰ ਦਿੰਦੇ ਆ। ਹੁਣ 70,000 ਬੱਚਿਆਂ ਦੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਨੇ। ਐਕਸਪਾਇਰ ਕਿਉਂ ਹੋ ਰਹੇ ਨੇ? ਨਾਰਮਲੀ ਕੀ ਹੁੰਦਾ, 3 ਸਾਲ ਦੇ ਵਰਕ ਪਰਮਿਟ ਦੇ ਵਿੱਚ ਬੱਚੇ PR ਲੈ ਲੈਂਦੇ ਨੇ। ਰੂਲਸ ਇੱਦਾਂ ਦੇ ਹੁੰਦੇ ਸੀ ਪਹਿਲਾਂ, ਗਵਰਨਮੈਂਟ ਨੇ ਕੀ ਕੀਤਾ, ਇੰਟੈਂਸ਼ਨਲੀ ਰੂਲਸ ਨੂੰ ਇੰਨਾ ਔਖਾ ਕਰਤਾ। ਹੁਣ 3 ਸਾਲ ਦੇ ਵਿੱਚ ਬੱਚਾ PR ਲੈ ਹੀ ਨਹੀਂ ਸਕਦਾ, ਤੇ ਜਦੋਂ ਉਹਦਾ ਵਰਕ ਪਰਮਿਟ ਐਕਸਪਾਇਰ ਹੋ ਗਿਆ ਉਹਦੇ ਕੋਲ ਕੋਈ ਆਪਸ਼ਨ ਨਹੀਂ ਹੈਗਾ ਵੀ ਉਹ ਆਪਣਾ ਵਰਕ ਰਿਨਿਊ ਕਰ ਸਕੇ ਵਰਕ ਪਰਮਿਟ, ਉਹਦੇ ਕੋਲ ਇੱਕੋ ਆਪਸ਼ਨ ਬਚਦਾ ਹੈਗਾ ਵੀ ਉਹ ਰਿਫਿਊਜੀ ਕਲੇਮ ਕਰੇ। ਸੋ ਅਲਟੀਮੇਟਲੀ ਬੱਚਿਆਂ ਨੂੰ ਇਲੀਗਲ ਹੋਣ ਕਹਿੰਦਾ ਮਤਲਬ ਇਲੀਗਲ ਕੀਤਾ ਜਾ ਰਿਹਾ ਜੀ ਇਲੀਗਲ ਤਰੀਕਿਆਂ ਨਾਲ। ਪਰ ਬੱਚੇ ਕਹਿੰਦੇ ਨੇ ਵੀ ਅਸੀਂ ਟੈਕਸ ਭਰਿਆ ਇੱਥੇ 3 ਸਾਲ, ਅਸੀਂ ਰਿਫਿਊਜੀ ਨਹੀਂ ਕਲੇਮ ਕਰਨਾ, ਸਾਨੂੰ 1 ਨੰਬਰ 'ਚ ਹੀ ਪੱਕੇ ਕਰੋ। ਸਾਡੇ ਵੱਲ ਸਰਕਾਰ ਨੇ ਕੋਈ ਵੀ ਪੋਜ਼ਿਟਿਵ ਰਿਸਪੌਂਸ ਨਹੀਂ ਦਿੱਤਾ, ਤਾਂ ਹੁਣ ਅਸੀਂ ਇਹ ਧਰਨਾ ਪੱਕਾ ਲਾ ਕੇ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ, ਅਤੇ ਅਸੀਂ ਜੋ ਆਪਦੀਆਂ ਮੰਗਾਂ ਉਹਨਾਂ ਉੱਤੇ ਖੜ੍ਹੇ ਹਾਂ, ਅਤੇ ਤਾਂ ਕਿ ਸਾਨੂੰ ਵਰਕ ਪਰਮਿਟ ਐਕਸਟੈਂਸ਼ਨ ਆ ਜਿਹੜੀ ਦਿੱਤੀ ਜਾਵੇ। ਪਿਛਲੇ ਦਿਨਾਂ ਦੇ ਵਿੱਚ ਜੋ ਪਿਛਲੇ 2 ਸਾਲ 8 ਮਹੀਨੇ ਦੇ ਵਿੱਚ ਇਹਨਾਂ ਨੇ CEC ਡਰਾਅ ਨਹੀਂ ਦਿੱਤੇ, ਅਤੇ ਉਹਦੇ ਵਿੱਚ ਜਿੰਨੇ ਬੱਚਿਆਂ ਨੇ ਸਫ਼ਰ ਕੀਤਾ ਇਹ ਉਹੀ ਬੱਚੇ ਆ ਜਿਹੜੇ ਪੂਲ ਦੇ ਵਿੱਚ ਵੇਟ ਕਰ ਰਹੇ ਆ ਵੀ ਉਹ ਡਰਾਅ ਨੀਚੇ ਆਵੇ। ਜੇ ਉਹ 2 ਸਾਲ 8 ਮਹੀਨੇ ਕੁਛ ਡਰਾਅ ਦਿੱਤੇ ਹੁੰਦੇ ਤਾਂ ਅੱਜ ਇਹ ਸਿਚੁਏਸ਼ਨ ਨਹੀਂ ਆਉਣੀ ਸੀ।